ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਹੜਾ ਸਕਰੀਨ ਦੇ ਉੱਪਰ ਨੰਬਰ ਆ ਰਿਹਾ ਤੁਸੀਂ ਇਹਦੇ ਤੇ ਮੈਨੂੰ ਵਟਸਐਪ ਮੈਸੇਜ ਕਰ ਸਕਦੇ ਹੋ ਜਾਂ ਵਟਸਐਪ ਕਾਲ ਕਰ ਸਕਦੇ ਹੋ ਸੋਹਣੇ ਸੋਹਣੇ ਸੂਟਾਂ ਦੇ ਡਿਜ਼ਾਈਨ ਦੇਖਣ ਵਾਸਤੇ ਸੋਹਣੇ ਸੋਹਣੇ ਸੂਟ ਲੈਣ ਵਾਸਤੇ। ਲਓ ਜੀ ਹੋਰ ਸਾਰੇ ਤੁਸੀਂ ਕਿਵੇਂ ਹੋ ਭੈਣੇ? ਤੇ ਅਸੀਂ ਤਾਂ ਠੀਕ ਹਾਂ ਤੇ ਮੈਨੂੰ ਲੱਗਦਾ ਤੁਸੀਂ ਵੀ ਠੀਕ ਹੀ ਹੋਵੋਗੇ। ਤੇ ਭੈਣੇ ਕਈ ਭੈਣਾਂ ਪੁੱਛਣ ਲੱਗ ਜਾਂਦੀਆਂ ਨੇ ਵੀ ਤੁਸੀਂ ਕਿੱਥੋਂ ਹੈਗੇ ਹੋ। ਆਪਾਂ ਭੈਣੇ ਪਟਿਆਲੇ ਤੋਂ ਹੈਗੇ ਹਾਂ ਤੇ ਮੇਰਾ ਆਪਣਾ ਔਨਲਾਈਨ ਹੀ ਕੰਮ ਆ। ਅਤੇ ਤੁਸੀਂ ਵਟਸਐਪ ਮੈਸੇਜ ਪਹਿਲਾਂ ਛੱਡਿਆ ਕਰੋ ਭੈਣੇ, ਜੇ ਕੋਈ ਜ਼ਿਆਦਾ ਐਮਰਜੈਂਸੀ ਹੁੰਦੀ ਹੈ ਤਾਂ ਆਪਾਂ ਫੋਨ 'ਤੇ ਗੱਲ ਕਰ ਲਾਂਗੇ। ਕਈ ਵਾਰੀ ਨਾ ਬਾਜ਼ਾਰ ਹੋਈਦਾ ਫਿਰ ਪਤਾ ਨਹੀਂ ਚੱਲਦਾ ਹੈਗਾ ਫੋਨ ਵਗੈਰਾ ਦਾ, ਹੈ ਨਾ, ਅਤੇ ਤਾਂ ਕਰਕੇ ਫਿਰ ਔਖਾ ਹੋ ਜਾਂਦਾ। ਅਤੇ ਆਪਣਾ ਕੰਟੈਕਟ ਨੰਬਰ ਹੈਗਾ 70 87 50 20 51। ਜਦੋਂ ਵੀਡੀਓ ਸ਼ੁਰੂ ਹੁੰਦੀ ਆ ਉਦੋਂ ਸਕਰੀਨ 'ਤੇ ਵੀ ਆਉਂਦਾ ਅਤੇ ਵੈਸੇ ਵੀ ਆਪਾਂ ਬੋਲ ਦੇਈਦਾ, ਹੈ ਨਾ। 7087502051 ਇਹ ਆਪਣਾ ਕੰਟੈਕਟ ਨੰਬਰ ਹੈਗਾ। ਅਤੇ ਹੁਣ ਆਪਾਂ ਸੋਹਣੇ ਸੋਹਣੇ ਪ੍ਰਿੰਟਡ ਸੂਟ ਤੁਹਾਨੂੰ ਦਿਖਾਉਂਦੇ ਹਾਂ। ਅਤੇ ਬਾਕੀ ਜਿਹੜੇ ਇਹ ਡਿਜ਼ਾਈਨ ਨਵੇਂ ਨਵੇਂ ਤੁਹਾਡੇ ਕੋਲ ਆਉਂਦੇ ਹੀ ਰਹਿੰਦੇ ਨੇ, ਹੈ ਨਾ, ਆਪਾਂ ਦਿਖਾਉਂਦੇ ਹੀ ਰਹਿੰਦੇ ਹਾਂ। ਅਤੇ ਇਹ ਜਿਹੜੇ ਸੇਮ ਕਲਰ ਹੁੰਦਾ ਇਹ ਨਹੀਂ ਮਿਲੂਗਾ, ਇਹ ਮੈਂ ਬਾਰ ਬਾਰ ਤੁਹਾਨੂੰ ਇਹੀ ਕਹਿੰਦੀ ਹਾਂ। ਜੇ ਤੁਸੀਂ ਚਾਹੁੰਦੇ ਹੋ ਤਾਂ ਆਪਾਂ ਆਪਣੀ ਚੋਇਸ ਦਾ ਬਣਾ ਕੇ ਭੇਜ ਸਕਦੇ ਹਾਂ। ਚਲੋ ਜੀ ਹੁਣ ਆਪਾਂ ਦਿਖਾਉਣ ਲੱਗਦੇ ਹਾਂ ਸੂਟ। ਲਓ ਜੀ ਆਹ ਪ੍ਰਿੰਟਡ ਸ਼ਰਟ ਹੈਗੀ ਆ, ਆਹ ਦੇਖੋ ਪ੍ਰਿੰਟਡ ਸ਼ਰਟ ਆ। ਇਹ ਵਰਿੰਦਰ ਭੈਣ ਦਾ ਸੂਟ ਹੈਗਾ ਅਤੇ ਇਹਨੇ ਜਾਣਾ ਸੀ, ਅੱਜ ਮੈਂ ਦਿਖਾ ਦਾਂ। ਚਲੋ ਆਹ ਦੇਖੋ ਆਹ ਘੇਰੇ ਦੇ ਉੱਪਰ ਹਾਈਲਾਈਟ ਕਰਕੇ ਬਹੁਤ ਸੋਹਣੀ ਡਿਜ਼ਾਈਨਿੰਗ ਦਿੱਤੀ ਹੋਈ ਆ ਅਤੇ ਨੀਚੇ ਔਰਗੈਂਜ਼ਾ ਦੀ ਲੇਸ ਲਗਾ ਕੇ ਉਹਨੂੰ ਫਿਨਿਸ਼ਿੰਗ ਦਿੱਤੀ। ਸਾਈਡਾਂ 'ਤੇ ਆਪਾਂ ਨੇ ਇੱਦਾਂ ਹੀ ਫਰੀ ਰੱਖਤਾ ਅਤੇ ਆਹ ਦੇਖੋ ਐਵੇਂ ਇਹਨੂੰ ਹਾਈਲਾਈਟ ਕਰਤਾ ਅਤੇ ਆਹ ਬਾਜੂ ਦੇ ਉੱਪਰ ਲੇਸ ਦੇ ਦਿੱਤੀ। ਇਹ ਸ਼ਰਟ ਹੋ ਗਈ ਆ ਆਪਣੀ ਅਤੇ ਥੋੜ੍ਹੀ ਥੋੜ੍ਹੀ ਡਿਜ਼ਾਈਨਿੰਗ ਨਾਲ ਹੀ ਆਪਾਂ ਇਹਨੂੰ ਇੱਕ ਖੂਬਸੂਰਤ ਟੱਚ ਦੇ ਸਕਦੇ ਹਾਂ। ਅਤੇ ਪਿਓਰ ਚਨੋਨ ਦਾ ਦੁਪੱਟਾ ਨਾਲ ਇਹਦੇ ਆਪਾਂ ਨੇ ਪੈਂਟ ਬਣਾਈ ਆ ਅਤੇ ਪੈਂਟ ਨੂੰ ਆਪਾਂ ਨੇ ਇੱਦਾਂ ਹੀ ਰੱਖਿਆ, ਇਹਦੇ ਨਾਲ ਪੈਂਟ ਬਣਾਈ ਆ। ਅਤੇ ਬਾਕੀ ਆ ਚਨੋਨ ਦਾ ਦੁਪੱਟਾ ਆਪਾਂ ਤੁਹਾਨੂੰ ਖੋਲ੍ਹ ਕੇ ਦਿਖਾਉਂਦੇ ਹਾਂ। ਆਹ ਦੇਖੋ ਪਿਓਰ ਚਨੋਨ ਦਾ ਦੁਪੱਟਾ ਅਤੇ 4 ਸਾਈਡ ਲੇਸ ਦੀ ਫਿਨਿਸ਼ਿੰਗ ਹੈਗੀ ਆ। ਆਹ ਦੇਖੋ ਲਓ ਜੀ ਇਹ ਸੂਟ ਹੋ ਗਿਆ। ਅਤੇ ਨੈਕਸਟ ਸੂਟ ਫਿਰੋਜ਼ੀ ਕਲਰ ਦੇ ਵਿੱਚ ਹੈਗਾ ਅਤੇ ਇਹਦੇ ਨਾਲ ਸਕਿਨ ਸਲਵਾਰ ਆ, ਸਕਿਨ ਟੱਚ ਹੈਗਾ ਨਾ ਇਹਦੇ ਵਿੱਚ। ਆਹ ਦੇਖੋ ਇਹਨੂੰ ਆਪਾਂ ਨੇ ਇੱਦਾਂ ਹੀ ਰੈਡੀ ਕੀਤਾ ਅਤੇ ਵਿੱਚ ਲੇਸਿਸ ਦਾ ਡਿਜ਼ਾਈਨ ਕਰਕੇ ਸ਼ਰਟ 'ਤੇ, ਸ਼ਰਟ 'ਤੇ ਆਪਾਂ ਨੇ ਕੋਈ ਵਰਕ ਨਹੀਂ ਕੀਤਾ ਹੈਗਾ। ਹਾਂ ਬਾਜੂ ਦੇ ਉੱਪਰ ਡਿਜ਼ਾਈਨ ਕਰ ਦਿੱਤਾ ਅਤੇ ਜੇ ਇਹ ਸੇਮ, ਇਹ ਵੀ ਸੇਮ ਸਟੱਫ ਨਹੀਂ ਮਿਲੇਗਾ, ਠੀਕ ਹੈ ਜੀ। ਅਤੇ ਇਹਦੇ ਨਾਲ ਆਹ ਸਲਵਾਰ ਹੈਗੀ ਆ, ਸਲਵਾਰ ਦੇ ਉੱਪਰ ਆਪਾਂ ਨੇ ਇਲਾਸਟਿਕ ਪਾ ਕੇ ਇੱਦਾਂ ਹੀ ਬਣਾਇਆ ਹੋਇਆ। ਅਤੇ ਆਹ ਦੇਖੋ ਆਹ ਖੋਲ੍ਹੋ ਵੀ ਬੇਤ। ਲਓ ਜੀ ਆਹ ਸਲਵਾਰ ਦੇ ਉੱਪਰ ਆਪਾਂ ਨੇ ਵਰਕ ਕੀਤਾ। ਆਹ ਦੇਖੋ ਵਰਕ ਦੀ ਫਿਨਿਸ਼ਿੰਗ ਦੇਖੋ ਨੇੜੇ ਤੋਂ ਕਿੱਡਾ ਸੋਹਣਾ ਹੈਗਾ। ਅਤੇ ਪਿਓਰ ਚਨੋਨ ਦਾ ਦੁਪੱਟਾ, ਦੁਪੱਟੇ ਦੇ ਉੱਪਰ ਵੀ ਆਪਾਂ ਨੇ ਵਰਕ ਦਿੱਤਾ, ਹੈ ਨਾ, 4 ਕੁੰਜਿਆਂ ਦੇ ਵਿੱਚ। ਆਹ ਦੇਖੋ ਇੱਧਰ ਐਵੇਂ ਕੀਤਾ ਪਿਓਰ ਚਨੋਨ ਦਾ ਦੁਪੱਟਾ ਅਤੇ 4 ਸਾਈਡ ਲੇਸ ਇੱਧਰ ਵੀ ਵਰਕ ਹੋ ਗਿਆ ਅਤੇ ਇਹਦੀ ਉੱਧਰਲੀ ਸਾਈਡ 'ਤੇ ਵੀ ਵਰਕ ਹੋ ਗਿਆ ਅਤੇ ਇੱਦਾਂ ਡਿਜ਼ਾਈਨਿੰਗ ਦਿੱਤੀ ਆ। ਅਤੇ ਬਾਕੀ ਡਿਜ਼ਾਈਨਿੰਗ ਤਾਂ ਆਪਾਂ ਆਪ ਹੀ ਆਪਣੇ ਢੰਗ ਨਾਲ ਬਥੇਰੀ ਵਧੀਆ ਕਰ ਲਈਦੀ ਆ, ਬਸ ਐਂ ਹੁੰਦਾ ਵੀ ਸੇਮ ਸਟੱਫ ਦੀ ਪ੍ਰੋਬਲਮ ਆ ਜਾਂਦੀ ਆ। ਅਤੇ ਬਾਕੀ ਆ ਪਰਪਲ ਜਿਹੇ ਸ਼ੇਡ ਦੇ ਵਿੱਚ ਹੈਗਾ, ਇਹ ਵੀ ਬਹੁਤ ਵਧੀਆ। ਇਹ ਮਸਲੀਨ ਦੇ ਉੱਪਰ ਹੈਗਾ ਸੂਟ, ਇਹ ਮਸਲੀਨ ਦੇ ਉੱਪਰ ਹੈਗਾ ਸੂਟ, ਇਹਦੀ ਵੀ ਡਿਜ਼ਾਈਨਿੰਗ ਬਹੁਤ ਸੋਹਣੀ ਆ। ਆਹ ਦੇਖੋ ਆਹ ਇੱਥੇ ਵਰਕ ਆ ਗਿਆ ਸੈਂਟਰ ਦੇ ਵਿੱਚ ਅਤੇ ਨੀਚੇ ਆਪਾਂ ਨੇ 3D ਲੇਸ ਦੀ ਫਿਨਿਸ਼ਿੰਗ ਦਿੱਤੀ ਜਿੱਦਾਂ ਸੂਟ ਹੈਗਾ ਅਤੇ ਉੱਪਰ ਇਹਦੇ ਇੱਧਰ ਸਾਈਡਾਂ 'ਤੇ ਆ ਗਿਆ। ਆਹ ਦੇਖੋ ਆਹ ਇੱਧਰ ਸਾਈਡਾਂ 'ਤੇ ਆ ਗਿਆ, ਇਹਦਾ ਵੀ ਬਹੁਤ ਸੋਹਣਾ ਕੋਂਬੀਨੇਸ਼ਨ ਬਣਿਆ ਅਤੇ ਬਾਜੂ ਦੇ ਉੱਪਰ ਆਪਾਂ ਨੇ ਲੇਸ ਲਗਾ ਦਿੱਤੀ ਹੈ। ਅਤੇ ਆਹ ਦੇਖੋ ਇਹਦੇ ਨਾਲ ਪੈਂਟ ਹੈ, ਪੈਂਟ ਦੇ ਨੀਚੇ ਆਪਾਂ ਲੇਸ ਲਗਾ ਦਿੱਤੀ ਅਤੇ ਬਾਕੀ ਦੁਪੱਟਾ ਟਾਈ ਐਂਡ ਡਾਈ ਦਾ ਕਰਿਆ। ਦੁਪੱਟਾ ਦਿਖਾ ਦੂੰਗੀ, ਇੱਦਾਂ ਟਾਈ ਐਂਡ ਡਾਈ ਦਾ ਦੁਪੱਟਾ ਹੈਗਾ। ਆਹ ਦੇਖੋ ਅੱਜ ਸਾਡਾ ਇੱਕ ਬੰਦਾ ਹੈ ਨਹੀਂ ਗਾ ਅਤੇ ਤਾਂ ਕਰਕੇ ਸਾਨੂੰ ਥੋੜ੍ਹੀ ਜਿਹੀ ਪ੍ਰੋਬਲਮ ਆ ਰਹੀ ਹੈ, ਨਹੀਂ ਤਾਂ ਇੱਧਰੋਂ ਮਾਸੀ ਜੀ ਫੜ ਲੈਂਦੇ ਨੇ, ਉੱਧਰੋਂ ਬੀਬੀ ਫੜ ਲੈਂਦੇ ਨੇ। ਇਹ ਪਿਓਰ ਮਸਲੀਨ ਦਾ ਦੁਪੱਟਾ ਨਾਲ ਮਸਲੀਨ ਦਾ ਹੀ ਸੂਟ ਆ ਅਤੇ ਟਾਈ ਐਂਡ ਟਾਈ ਹੋਈ ਹੋਈ ਆ ਦੁਪੱਟੇ ਦੇ ਵਿੱਚ। ਇਹ ਵੀ ਵਰਿੰਦਰ ਭੈਣ ਦਾ ਸੂਟ ਹੈਗਾ।
ਤੇ ਨਾਲ ਭੈਣੇ ਆਪਣੇ ਕੋਲੇ ਬਹੁਤ ਸੋਹਣੇ ਜੋਰਜਟ ਦੇ ਕਲਰ ਆਏ ਹੋਏ ਨੇਗੇ ਤੇ ਇਹ ਤੁਹਾਨੂੰ ਦਿਖਾਉਂਦੇ ਆ ਜੇ ਕਿਸੇ ਨੇ ਲੈਣਾ ਹੋਇਆ ਤਾਂ ਤੁਸੀਂ ਸਕਰੀਨਸ਼ਾਟ ਭੇਜ ਕੇ ਲੈ ਸਕਦੇ ਹੋ ਇਹ ਬਹੁਤ ਸੋਹਣਾ ਮਸਟਰਡ ਜਿਹਾ ਕਲਰ ਹੈਗਾ ਬਹੁਤ ਪਿਆਰਾ ਕਲਰ ਹੈ ਇਹ ਤੇ ਆਹ ਦੇਖੋ ਇੱਦਾਂ ਹੈਗਾ ਲਓ ਆਹ ਦੇਖੋ ਤੇ ਆਹ ਇਹਦੀ ਸਲਵਾਰ ਹੈਗੀ ਆ ਕਰੇਪ ਦੀ ਸਲਵਾਰ ਆ ਜੋਰਜਟ ਦੀ ਸ਼ਰਟ ਆ ਤੇ ਦੁਪੱਟਾ ਡਿਜ਼ਾਈਨਰ ਲੁੱਕ ਦੇ ਵਿੱਚ ਰੈਡੀ ਹੋਇਆ ਹੋਇਆ ਜੋਰਜਟ ਪਿਓਰ ਜੋਰਜਟ ਦਾ ਹੀ ਦੁਪੱਟਾ ਨਾਲ ਲਓ ਜੀ ਆਹ ਦੇਖੋ ਹਾਂਜੀ ਖੱਟਾ ਪੀਲਾ ਕਰ ਹਾਂ ਖੱਟਾ ਪੀਲਾ ਤੇ ਆਹ ਦੁਪੱਟਾ ਇਹਦੇ ਨਾਲ ਬਹੁਤ ਸੋਹਣਾ ਲੱਗਦਾ ਲਓ ਜੀ ਆਹ ਦੁਪੱਟਾ ਜੇ ਤੁਸੀਂ ਕਿਸੇ ਨੇ ਲੈਣਾ ਹੋਇਆ ਤਾਂ ਤੁਸੀਂ ਲੈ ਸਕਦੇ ਹੋ ਅਤੇ ਇਹਨੂੰ ਅਸੀਂ ਚੱਕ ਕੇ ਰੱਖ ਦਿਓ ਵੀ ਫਿਰ ਬਾਅਦ 'ਚ ਦੇਖਦੇ ਹਾਂ ਅਤੇ ਨੈਕਸਟ ਸੂਟ ਆਹ ਹੈਗਾ ਅਤੇ ਜਿਵੇਂ ਹੁਣ ਉਹ ਵੀ ਆਪਾਂ ਨੇ ਦਿਖਾਇਆ ਸੀ ਖੱਟਾ ਪੀਲਾ ਉਹਦੇ ਵਿੱਚ ਜਿਵੇਂ ਹੈ ਨਾ ਉਹ ਗ੍ਰੇ ਜਿਹਾ ਕਲਰ ਹੈਗਾ ਉਹਨੂੰ ਸਲਵਾਰ 'ਤੇ ਡਿਜ਼ਾਈਨ ਕਰਕੇ ਉਹ ਹੋਰ ਵੀ ਘੈਂਟ ਬਣ ਸਕਦਾ ਹੈ ਨਾ ਅਤੇ ਇਹਨੂੰ ਵੀ ਇੱਦਾਂ ਹੀ ਦੇਖੋ ਆਹ ਪ੍ਰਿੰਟਡ ਸ਼ਰਟ ਹੈਗੀ ਆ ਅਤੇ ਇਹਦੇ ਵਿੱਚੋਂ ਹੀ ਕਲਰ ਲੈ ਕੇ ਜੇ ਆਪਾਂ ਇਹਨੂੰ ਸਲਵਾਰ ਦੇ ਉੱਪਰ ਆਹ ਕਰੇਪ ਦੀ ਸਲਵਾਰ ਨਾਲ ਕਰੇਪ ਦੇ ਉੱਪਰ ਇਹਦੇ ਉੱਪਰ ਡਿਜ਼ਾਈਨ ਕਰਦੇ ਹਾਂ ਤਾਂ ਉਸ ਤੋਂ ਵੀ ਜ਼ਿਆਦਾ ਘੈਂਟ ਬਣ ਜਾਏਗਾ ਇਹ ਹੈ ਨਾ ਅਤੇ ਆਹ ਦੇਖੋ ਇਹਦੇ ਨਾਲ ਦੁਪੱਟਾ ਐਂ ਕਰੇਪ ਦੀ ਸ਼ਰਟ ਹੈਗੀ ਆ ਇਹ ਅਤੇ ਉਹਦੀ ਨਾ ਸੋਰੀ ਜੋਰਜਟ ਦੀ ਸ਼ਰਟ ਆ ਅਤੇ ਕਰੇਪ ਦੀ ਸਲਵਾਰ ਹੈਗੀ ਆ ਅਤੇ ਜੋਰਜਟ ਦਾ ਹੀ ਆ ਦੁਪੱਟਾ ਦੁਪੱਟਾ ਦੇਖੋ ਡਿਜ਼ਾਈਨਰ ਜੀ ਲੁੱਕ ਦੇ ਵਿੱਚ ਹੈਗਾ ਆਹ ਦੇਖੋ ਇਹਦੇ ਮਤਲਬ ਜੇ ਕਿਸੇ ਨੇ ਇੱਦਾਂ ਹੀ ਲੈਣਾ ਤਾਂ ਇੱਦਾਂ ਹੀ ਲੈ ਸਕਦੇ ਹੋ ਜੇ ਫੋਰ ਸਾਈਡ ਲੇਸ ਵਗੈਰਾ ਉਹ ਤਾਂ ਜਿਹੜੇ ਸਟਿਚਿੰਗ ਕਰਾਉਂਦੇ ਨੇ ਉਹ ਤਾਂ ਫਿਰ ਲਗਾ ਕੇ ਦਿੰਦੇ ਹਾਂ ਆਪਾਂ ਫਿਨਿਸ਼ਿੰਗ ਕਰਕੇ ਦਿੰਦੇ ਹਾਂ ਅਗਲੇ ਨੂੰ ਹੈ ਨਾ ਅਤੇ ਇੱਦਾਂ ਤਾਂ ਵਧੀਆ ਹੀ ਲੱਗਦਾ ਇਹ ਵਰਕ ਨਾਲ ਬਹੁਤ ਜ਼ਿਆਦਾ ਸੋਹਣਾ ਬਣੇਗਾ ਸੂਟ ਅਤੇ ਉਸ ਤੋਂ ਬਾਅਦ ਚਲਾ ਚੱਕ ਦਿਓ ਵੀ ਫਿਰ ਲਓ ਜੀ ਨੈਕਸਟ ਸੂਟ ਆਹ ਹੈਗਾ ਇਹ ਵੀ ਬਹੁਤ ਪਿਆਰਾ ਮਿੱਠਾ ਮਿੱਠਾ ਕਲਰ ਆ ਅਤੇ ਇਹਨੂੰ ਬਜ਼ੁਰਗ ਵੀ ਪਾ ਸਕਦੇ ਨੇ ਅਤੇ ਇਹ ਗਰਲਿਸ਼ ਲੁੱਕ ਦੇ ਵਿੱਚ ਵੀ ਰੈਡੀ ਹੋ ਸਕਦਾ ਜਿੱਦਾਂ ਬਜ਼ੁਰਗਾਂ ਨੇ ਨਹੀਂ ਵਰਕ ਕਰਾਉਣਾ ਹੈਗਾ ਤਾਂ ਇੱਦਾਂ ਹੀ ਪਵਾ ਬਣਵਾ ਕੇ ਬਰੀਕ ਬਰੀਕ ਲੇਸ ਲਗਵਾ ਕੇ ਦੁਪੱਟੇ 'ਤੇ ਅਤੇ ਉਹ ਲੈ ਸਕਦੇ ਨੇ ਹੈ ਨਾ ਇਹ ਜੋਰਜਟ ਦੀ ਸੁਣਾ ਹੋਇਆ ਤੁਸੀਂ ਲੈਣਾ ਠੀਕ ਆ ਤੁਸੀਂ ਲੈਣਾ ਤੁਸੀਂ ਲੈ ਲਓ ਕੋਈ ਗੱਲ ਨਹੀਂ ਅਤੇ ਆਹ ਸ਼ਰਟ ਹੈਗੀ ਆ ਆਹ ਕਰੇਪ ਦੀ ਸਲਵਾਰ ਆ ਇਹਦੇ ਵਿੱਚ ਜਿੱਦਾਂ ਫਰੋਜ਼ੀ ਕਲਰ ਵਗੈਰਾ ਨੇ ਹੈ ਨਾ ਇਹ ਪੈ ਕੇ ਵਰਕ ਹੋ ਕੇ ਬੜਾ ਸੋਹਣਾ ਬਣ ਜਾਏਗਾ ਅਤੇ ਇਹਦੇ ਨਾਲ ਦੁਪੱਟਾ ਦੁਪੱਟੇ ਦਾ ਡਿਜ਼ਾਈਨ ਦਿਖਾ ਦਿੰਦੇ ਹਾਂ ਆਪਾਂ ਅਤੇ ਮਿੱਠਾ ਮਿੱਠਾ ਪਿਆਰਾ ਪਿਆਰੇ ਜਿਹੇ ਕਲਰ ਨੇ ਇਹਦੇ ਵਿੱਚ ਸ਼ੇਡ ਆਹ ਦੇਖੋ ਜੋਰਜਟ ਦਾ ਹੀ ਦੁਪੱਟਾ ਇਹ ਲਓ ਜੀ ਜੋਰਜਟ ਦਾ ਦੁਪੱਟਾ ਅਤੇ ਇੱਦਾਂ ਵਿੱਚ ਫਿਰੋਜ਼ੀ ਕਲਰ ਪਾਇਆ ਹੋਇਆ ਹੈ ਨਾ ਐਵੇਂ ਹੈਗਾ ਡਿਜ਼ਾਈਨਰ ਜਿਹਾ ਜੇ ਤੁਸੀਂ ਇਹ ਲੈਣਾ ਤਾਂ ਇਹ ਲੈ ਸਕਦੇ ਹੋ ਅਤੇ ਸਕਰੀਨਸ਼ੋਟ ਇੱਥੋਂ ਹੀ ਭੇਜੋ ਮੈਨੂੰ ਹੈ ਨਾ ਫਿਰ ਈਜ਼ੀ ਹੋ ਜਾਂਦਾ ਲਓ ਜੀ ਜਿਹੜਾ ਸਭ ਤੋਂ ਜ਼ਿਆਦਾ ਡਿਮਾਂਡ ਦੇ ਵਿੱਚ ਅੱਜ ਕੱਲ੍ਹ ਆਪਣਾ ਸੂਟ ਹੈਗਾ ਆਹ ਜਿਵੇਂ ਮੋਰ ਦੇ ਖੰਭ ਨਹੀਂ ਹੁੰਦੇ ਬੀਬੀ ਐਵੇਂ ਦਾ ਇਹ ਵਾਲਾ ਆਪਾਂ ਨੇ ਪਹਿਲਾਂ ਵੀਡੀਓ 'ਚ ਦਿਖਾਇਆ ਸੀ ਇਹਦੀ ਬਹੁਤ ਜ਼ਿਆਦਾ ਡਿਮਾਂਡ ਹੈਗੀ ਆ ਹੈ ਨਾ ਅਤੇ ਆਹ ਦੇਖੋ ਆਹ ਸ਼ਰਟ ਆ ਜਾਂਦੀ ਆ ਇਹ ਚਿਕਨਕਾਰੀ ਹੈਗੀ ਹੈ ਵਿੱਚ ਇਹਦੇ ਆਹ ਦੇਖੋ ਹਾਂ ਇੱਧਰੋਂ ਪਤਾ ਲੱਗਦਾ ਅਤੇ ਇਹਦੇ ਨਾਲ ਆਹ ਸਲਵਾਰ ਹੈਗੀ ਆ ਆਹ ਦੇਖੋ ਪਲੇਨ ਸਲਵਾਰ ਅਤੇ ਇੱਦਾਂ ਸ਼ਰਟ ਹੈਗੀ ਆ ਅਤੇ ਪਿਓਰ ਸੁਪਰ ਨੈੱਟ ਦਾ ਦੁਪੱਟਾ ਡਿਜ਼ਾਈਨਰ ਲਓ ਜੀ ਇਹਨੂੰ ਖੋਲ੍ਹ ਕੇ ਦਿਖਾਉਂਦੇ ਹਾਂ ਆਪਾਂ ਵਿੱਚ ਐਨ ਵਧੀਆ ਡਿਜ਼ਾਈਨਿੰਗ ਹੋਈ ਹੋਈ ਆ ਆਹ ਦੇਖੋ ਜਿਵੇਂ ਇਹਨੂੰ ਇਹੀ ਕਲਰ ਪਾ ਕੇ ਸਲਵਾਰ ਵਗੈਰਾ 'ਤੇ ਵਰਕ ਕਰਾ ਕੇ ਤੁਸੀਂ ਰੈਡੀ ਕਰਾਉਣਾ ਚਾਹੁੰਦੇ ਹੋ ਤਾਂ ਉਹ ਉੱਦਾਂ ਰੈਡੀ ਹੋ ਜਾਏਗਾ ਇਹ ਸੂਟ ਅੱਜ ਕੱਲ੍ਹ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਹੈਗਾ ਅਤੇ ਆਹ ਸੂਟ ਜਿਹੜਾ ਮੇਰਾ ਨਹੀਂ ਸੀ ਰੈਡੀ ਹੋਇਆ ਹੈ ਨਾ ਪਿੱਛੇ ਵਰਕ ਕਰਕੇ ਬਣਵਾਇਆ ਸੀ ਉਹਦੇ ਵਿੱਚ ਨਾ ਥੋੜ੍ਹਾ ਜਿਹਾ ਕਲਰ ਚੇਂਜ ਆਈ ਆ ਅਤੇ ਇਹਦੇ ਨਾਲ ਦੁਪੱਟਾ ਵੀ ਹੁਣ ਆਇਆ ਹੈ ਨਾ ਆਹ ਦੇਖੋ ਸਲਵਾਰ ਦੇ ਵਿੱਚ ਉੱਦਾਂ ਹੀ ਪ੍ਰਿੰਟਿੰਗ ਹੈਗੀ ਆ ਅਤੇ ਆਹ ਸ਼ਰਟ ਆ ਠੀਕ ਆ ਹਾਂ ਅਤੇ ਸੁਪਰ ਨੈੱਟ ਦਾ ਇਹਦੇ ਨਾਲ ਦੁਪੱਟਾ ਥੋੜ੍ਹਾ ਜਿਹਾ ਕਲਰ ਦਾ ਫਰਕ ਆਇਆ ਜੇ ਤੁਸੀਂ ਲੈਣਾ ਚਾਹੁੰਦੇ ਹੋ ਤਾਂ ਮਿਲ ਜਾਏਗਾ ਇਹ ਠੀਕ ਆ ਇਹਦਾ ਵਿਦਾਊਟ ਉਹਦੇ ਤੋਂ ਵੀ ਮਿਲ ਜਾਏਗਾ ਇਹ ਦੁਪੱਟੇ ਤੋਂ ਜੇ ਕਿਸੇ ਨੇ ਲੈਣਾ ਵਿਦਾਊਟ ਦੁਪੱਟੇ ਤੋਂ ਠੀਕ ਆ ਲਓ ਜੀ ਆਹ ਇਹਦਾ ਦੁਪੱਟਾ ਹੈਗਾ ਸੁਪਰ ਨੈੱਟ ਦਾ ਦੁਪੱਟਾ ਨਾਲ ਇੱਦਾਂ ਹੀ ਡਿਜ਼ਾਈਨਿੰਗ ਹੋਈ ਹੋਈ ਆ ਜਿੱਦਾਂ ਸੂਟ ਦੇ ਵਿੱਚ ਡਿਜ਼ਾਈਨਿੰਗ ਹੋਈ ਆ ਆਹ ਦੇਖੋ ਬਹੁਤ ਪਿਆਰਾ ਬਹੁਤ ਸੋਹਣਾ ਦੁਪੱਟਾ ਬਣਿਆ ਹੋਇਆ ਹੈ ਅਤੇ ਲਓ ਜੀ ਇਹਦੇ ਜਿਵੇਂ ਲੇਸ ਲੂਸ ਲਵਾ ਕੇ ਸਾਈਡ 'ਤੇ ਫਿਨਿਸ਼ਿੰਗ ਦੇ ਕੇ ਸੋਹਣਾ ਬਣ ਜਾਏਗਾ ਇਹ ਵੀ ਸੂਟ ਅਤੇ ਆਹ ਦੇਖੋ ਜਿਵੇਂ ਪਰਪਲ ਜਿਹਾ ਮਿੱਠਾ ਜਿਹਾ ਸ਼ੇਡ ਹੈਗਾ ਇਹ ਵੀ ਆਪਾਂ ਆਪਣੀ ਪਸੰਦ ਦਾ ਹੀ ਬਣਾ ਕੇ ਦੇ ਰਹੇ ਸੀਗੇ ਭੈਣ ਨੂੰ ਲਓ ਜੀ
आ शर्ट हैगी आ, शर्ट ते आपां ने इदां डिजाइन करता बटन वगैरह लगाते ते बाजू के उपर ये वर्क करता, यदि शर्ट ते नहीं करे आप बाजू के उपर वर्क करता। हाँ देखो ये भी बहुत सोहना बनया हुआ, आ नीचे कटवर्क करता। ठीक है जी, ये शर्ट हो गई आ, ते आ इहदी सलवार हैगी आ, आ देखो सलवार दे उपर इदां वर्क करता। एक मिनट ऐ खोल के दिखा दो दीदी, मैं लो एवें सलवार के उपर वर्क हो गया। ठीक है जी, तो यदि दुपट्टा बहुत सोहना डाई होया हुआ, प्योर चनोन का दुपट्टा, यदा कमल का। लो जी ये दुपट्टे की डिजाइनिंग देखो कि सोहनी है, तो ऐ लगता जिवें प्रिंटिंग हुई होंगी है बिच। आ देखो फोर साइड इदा डिजाइन होया हुआ, ते विच जिवें तितलियां उड़दियां हुंदियां ने एवें डिजाइन होया हुआ, ये आपां ने डाई कराया हुआ दुपट्टा। आ देखो ते एन खुले डुले दुपट्टे ने, कोई ऐ नहीं हैगा भी छोटा मोटा होएगा दुपट्टा। लो जी ये इहदे नाल हो गया। ते नैक्सट सूट फिरोजी कलर दे विच हैगा, लाइट फिरोजी नहीं हैगा, वो अंग ओ हाँ हाँ होर कलर हैगा, हाँ लाइट या बहुत सोहना हैगा। तो यह भी इसे भैन का, ये आपने गले के उत्ते वर्क कर दिता। आ देखो तो बाजू के उपर इदा डिजाइनिंग दे दी, तो पोटली बटन एवें लगाए ने एक उधर न एक उधर न, हाँ तो नीचे आप शर्ट के उत्ते इदा डिजाइन दे दिता। तो यदा यदि सलवार के उपर देखो आप वर्क करता। लो जी तो यदा दुपट्टा प्योर मसलीन का हैगा, मसलीन का दुपट्टा तो विद टाई एंड डाई। देखो सेंटर यदा अपने फ्री रखिया, तो साइड पर इदा टाई एंड डाई दी है, ये भी बहुत सोहना लगता जो सिर पर लगा बंदा खुला डुला एन दुपट्टा। लो जी होर थोनू साड़ियाँ वीडियोज़ किदां दियां लगदियां ने सानू लाइक तो कमेंट करके जरूर दस्या करो, तो अपने चैनल नू सबसक्राइब जरूर कर लियो। तो हुण आपां जणी बस ये तो आपने पहला ही कहता सी भी सेम नहीं मिलनगे, हुण आपां करदे आं फतेह दी सांझ। वाहिगुरू जी का खालसा, वाहिगुरू जी की फतेह।